हिल भाई हाँ जी वेलकम बैक टू द चैनल गाइस। होप करता हूं तुम सारे ठीक हो। उची बोल की हो या एनर्जी नहीं हैगी ना परावा फिर भी उची बोल और तुम सारे ठीक होंगे। मैं भी ठीक नहीं हां। हुन दसदे हां ए उची क्यों नहीं बोलदा जब मैं उची क्यों नहीं बोल रहा। कल दोवां नु हो गया बुखार ते इस टाइम बज्जी हुई बैंड दोवां दी ते बुखार चढ़िया होया हुन उठे हां सवेर ते जाके ते मैं तो पूरी नाइट सुता नहीं बेचारा ये भी नहीं सुता बुखार कारण बुखार इनू भी बहुत सी ते हुण एक तो पहला तो पंगा पै गया सीगा जिहड़ा व्लॉग तुहानू सवेरे देना सी वो सारा डाटा ही उड़ गया अपने आप ही वो डाटा अपने आप ही उड़ गया पता नहीं किधर गया। वो अद्धी टेंशन वो पई गई सी रिकवर करने की कोशिश की वो रिकवर भी नहीं होया ते उत्तों पापा ने वो टेंशन देती कहिंदे बुखार है तुसीं करोना टेस्ट कराओ। कराना मैं भाई सानू पता है ते पापा ने किन्नी बार करोना टेस्ट कराया। हाँ आ जाओ मम्मा नू कहने आ जाओ मम्मा नू कहने आपां नहीं कराना है करोना टेस्ट आ यार गांदे ही बकता रहिंदा पर 24 घंटे होर कुछ नहीं आता हैगा ओही फायदा ना तैनू इक दिन ते पापा उत्ते हुण कर रहे ने वॉक ते हुण मम्मा नू कन्फेस करदे आ कि आपां नहीं कराना हैगा करोना टेस्ट। मम्मी असी नहीं कराना हैगा सानू तां पापा वाला देख के डर लगदा वा ते तुसीं कहिंदे हो असी कराईए मैं क्यों मैं गर्मी बहुत गर्मी वध गई मैं सोचा ही मम्मा कर दूगे काम मम्मा तो होया नहीं काम गलत करता मनी है ना मैं आपा है तो मम्मा ही की गलती मम्मा आगे मना लंदे आज मनाया नहीं हैगा ये तो गलत गल की थी ना। चलो चलो ऊपर ही चलो हम पापा नु आपा जाके मनाने हैं। चलो पापा कोठे गए हुए ने कोठे चल भाई चल मनी होली होली चल ला वे कहंदा किधर डिग ना जावा नहीं फिसलदा ए ना भी नहीं देखदा कोई चक्कर चको बदल ही बदल बने और पापा चल मनी तू भी पूछेगा ना। चल 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 हाँ जी हूँ चलते हैं पापा को मनी आ गया कहता कहता मैं नहीं कराना करोना टेस्ट दो दिन तो पुत्र बुखार चढ़ता पे बुखार तेन रात 102 एक बार करा लो की होंगे है मन का वहम निकल जाएगा बेटा जरूरी है गल समझो ਤੁਸੀਂ ਪਰਸੋਂ ਜਾ ਕੇ ਆਏ ਹੋ ਤੁਸੀਂ ਪਰਸੋਂ ਕਿਹੜਾ ਗਲੀ 'ਚ ਘੁੰਮਦੇ ਰਹੇ ਹੋ ਨਾ ਹੈ ਕੀ ਹੋਇਆ ਡਰ ਲੱਗਦਾ ਤੁਹਾਡੇ ਦੇਖ ਕੇ ਸਾਨੂੰ ਡਰ ਲੱਗ ਜਾਂਦਾ ਸੀਗਾ ਐਸੀ ਕੋਈ ਗੱਲ ਨਹੀਂ ਪੁੱਤਰ ਤੁਸੀਂ ਕੰਮ ਕਰੋ ਪਹਿਲਾਂ ਜਾਓ ਪ੍ਰਸ਼ਾਦ ਲੈ ਕੇ ਆਓ ਬਾਬਾ ਜੀ ਕੋਲ ਫਿਰ ਆ ਕੇ ਆਪਾਂ ਗੱਲ ਕਰਦੇ ਹਾਂ ਆਪਾਂ ਇਹਦਾ ਕੋਈ ਹੱਲ ਕੱਢ ਦਾਂਗਾ ਤੁਸੀਂ ਪਹਿਲਾਂ ਪ੍ਰਸ਼ਾਦ ਲੈ ਕੇ ਆਓ ਅਤੇ ਨਾਲੇ ਨਾ ਵੈਦਰ ਬਹੁਤ ਅੱਛਾ ਡਰੋਨ ਉਡਾਓ ਉਡਾਉਂਦੇ ਹਾਂ ਡਰੋਨ ਦਾ ਇੱਕ ਸ਼ੋਟ ਉਡਾ ਕੇ ਲਓ ਅੱਜ ਬਾਰਿਸ਼ ਵਾਲਾ ਮਾਹੌਲ ਹੈ ਜਾਓ ਪਹਿਲਾਂ ਦੋਨੇ ਭਰਾ ਪ੍ਰਸ਼ਾਦ ਲੈ ਕੇ ਆਓ ਚਲੋ 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 ਮਾਸਕ ਲਗਾ ਕੇ ਜਾਵਾਂਗੇ।
ਨਿਕਲ ਚੁੱਕਿਆ ਘਰੋ ਤੇ ਹੁਣ ਜਾਣਾ ਆਪਾਂ ਕਿੱਧਰ ਜਾਣਾ ਵੀਰੇ ਫੋਨ ਆ ਗਿਆ ਵੀਰੇ ਨੂੰ ਕਿੱਧਰ ਜਾਣਾ ਵੈਸੇ ਆਪਾਂ ਚਲੋ ਆਪਾਂ ਤੁਹਾਨੂੰ ਦੱਸਦੇ ਹਾਂ ਖੜ੍ਹ ਜੇ ਹੋਏ ਜਾਣਾ ਵੀਰੇ ਹੁਣ ਆਪਾਂ ਪ੍ਰਸ਼ਾਦ ਲੈਣ ਕਿੱਧਰ ਜਾਣਾ ਵੀਰੇ ਚੱਕ ਲੋ ਚੱਕ ਲੋ ਕਰ ਲੋ ਗੱਲ ਬਣ ਗਈ ਸੀ ਮੇਰੇ ਨਹੀਂ ਬਣੀ ਮਣੀ ਖਾਣਾ ਪੀਣਾ ਨੀ ਆਪਾਂ ਬਾਹਰ ਦਾ ਕੁਛ ਪ੍ਰਸ਼ਾਦ ਆਲਮਗੀਰ ਸਾਹਿਬ ਤੁਹਾਨੂੰ ਪਤਾ ਹੀ ਆ ਆਪਾਂ ਜਾਂਦੇ ਹੁੰਦੇ ਹਾਂ ਬਟ ਲੱਗਾ ਲੋਕਡਾਊਨ ਐਂ ਲੱਗਦਾ ਹੀ ਨਹੀਂ ਹੈਗਾ ਜਿੱਦਾਂ ਲੋਕ ਤੁਰੇ ਫਿਰੇ ਜਾਈ ਜਾਂਦੇ ਆ ਕਿਉਂ ਵੀਰੇ ਹਨਾ ਹਾਂ ਹੁਣ ਮੈਂ ਜ਼ਿਆਦਾ ਜੰਮ ਗਿਆ ਕੀ ਕਰੀਏ ਹੁਣ ਚਲੋ ਆਪਾਂ ਚੱਲਦੇ ਹਾਂ ਪ੍ਰਸ਼ਾਦ ਲਈਏ ਫਿਰ ਆਪਾਂ ਆਉਂਦੇ ਹਾਂ ਘਰੇ ਅਤੇ ਫਿਰ ਪਾਪਾ ਨੂੰ ਦੁਬਾਰਾ ਕਨਫੈਸ ਕਰਨਾ ਪੈਣਾ ਕਿ ਆਪਾਂ ਕਰੋਨਾ ਟੈਸਟ ਮਣੀ ਨਹੀਂ ਕਰਵਾਉਣਾ ਸਾਡੇ ਤਾਂ ਪਾਪਾ ਅਤੇ ਵੀਰੇ ਦੇ ਸਾਹ ਦੇਖ ਕੇ ਉਹਨਾਂ ਦਾ ਕਰੋਨਾ ਟੈਸਟ ਦੇਖ ਕੇ ਸਾਹ ਸੁੱਕ ਗਏ ਸੀਗੇ ਅਤੇ ਅਸੀਂ ਕਿੱਥੋਂ ਕਰਾ ਲਾਂਗੇ ਕਿਉਂ ਵੀਰੇ ਚਲੋ ਆਉਂਦੇ ਆ ਪ੍ਰਸ਼ਾਦ ਫੜਦੇ ਆ ਫਿਰ ਚੱਲਦੇ ਆ ਘਰ ਨੂੰ ਫਿਰ ਤੁਹਾਨੂੰ ਦੱਸਿਆ ਹੀ ਆ ਪਾਪਾ ਕੋਲ ਬਹਿ ਕੇ ਪਹਿਲਾਂ ਗੱਲ ਕਰਦੇ ਆ ਨਾ ਜੀ ਨਾ ਠੰਡਾ ਨਹੀਂ ਖਾਣਾ ਹੋਰ ਤੁਸੀਂ ਹੋਰ ਬਿਮਾਰ ਕਰਨਾ ਚਲੋ ਮਿਲ ਲਿਆ ਤੈਨੂੰ ਆ ਗਏ ਭਾਅ ਜੀ ਪ੍ਰਸ਼ਾਦ ਲੈ ਕੇ ਪ੍ਰਸ਼ਾਦ ਫੜ ਲਈਏ ਪਿੱਛੇ ਹੀ ਫੜਾ ਦਿਓ ਵੀਰੇ ਪ੍ਰਸ਼ਾਦ ਫੜ ਲਾ ਮਣੀ ਪ੍ਰਸ਼ਾਦ ਲਓ ਜੀ ਚਲੋ ਚਲੀਏ ਘਰ ਨੂੰ ਪ੍ਰਸ਼ਾਦ ਤਾਂ ਲੈ ਲਿਆ ਜੀ ਦੁਗਰੀ ਚ ਜਾਣਾ ਦੁਗਰੀ ਚ ਜਾਣਾ ਮੋੜੋ ਮੋੜੋ ਉਧਰ ਤਾਂ ਬੰਦ ਆ ਪੈਟਰੋਲ ਪੰਪ ਕਿਆ ਬਾਤ ਆ ਕਿਆ ਬਾਤ ਚਲੋ ਜੀ ਘਰੇ ਹਾਂਜੀ ਲੋਕਡਾਊਨ ਦੀ ਗੇੜੀ ਮਾਰ ਕੇ ਆ ਗਏ ਨਾਲ ਪ੍ਰਸ਼ਾਦ ਲੈ ਆਏ ਹਾਂ ਕੁਛ ਵੀ ਨਹੀਂ ਸੀ ਖਾਲੀ ਬੰਦ ਪਿਆ ਸਭ ਕੁਝ ਦੁਕਾਨਾਂ ਵਗੈਰਾ ਸਭ ਬੰਦ ਹੋਈਆਂ ਹੁਣ ਪ੍ਰਸ਼ਾਦ ਲੈ ਕੇ ਆ ਗਏ ਹਾਂ ਅਤੇ ਹੁਣ ਬਾਬਾ ਕੋਲ ਚੱਲਦੇ ਹਾਂ ਪੁੱਛਦੇ ਹਾਂ ਕੀ ਕਹਿੰਦੇ ਨੇ ਜੀ ਅਤੇ ਬਾਬਾ ਜੀ ਦਾ ਪ੍ਰਸ਼ਾਦ ਲੈ ਕੇ ਤਾਂ ਆ ਗਏ ਹਾਂ ਹੁਣ ਅਤੇ ਇੱਕ ਹੋਰ ਨਵੀਂ ਖਬਰ ਸਾਨੂੰ ਸੁਣਨ ਨੂੰ ਮਿਲੀ ਹੈ ਕੱਲ੍ਹ ਤੋਂ ਲੋਕਡਾਊਨ ਸਭ ਕੁਛ ਬੰਦ ਗੱਡੀ 'ਚ ਵੀ ਦੋ ਬੰਦੇ ਜਾ ਸਕਦੇ ਆ ਅਤੇ ਬਾਈਕ ਐਕਟੀਵਾ 'ਚ ਸਿਰਫ ਇੱਕ ਵੀਰੇ ਨੇ ਹੁਣੀ ਦੱਸਿਆ ਪਾਪਾ ਨੇ ਵੀ ਦੱਸਿਆ ਕਹਿੰਦੇ ਸਭ ਕੁਛ ਬੰਦ ਹੁਣ 3 ਤਰੀਕ ਤੋਂ 1 ਮਹੀਨੇ ਲਈ ਹੈ ਹੈ ਨਾ ਬਾਬਾ 15 ਮਈ ਤੱਕ ਬਾਈ 15 ਮਈ ਤੱਕ 15 ਮਈ ਤੱਕ ਬੰਦ ਹੈ ਅਤੇ ਤੁਸੀਂ ਵੀ ਇੱਕ ਕੰਮ ਕਰੋ ਆਪਾਂ ਕੋਵਿਡ ਟੈਸਟ ਨਹੀਂ ਕਰਾਉਂਦੇ ਹਜੇ ਲੋਕਡਾਊਨ ਲੱਗ ਗਿਆ ਹਾਂਜੀ ਦਵਾਈ ਲਓ ਇੱਕ ਦਿਨ ਪੂਰੀ ਦਵਾਈ ਲਓ ਫਿਰ ਆਪਾਂ ਚੈੱਕ ਕਰਦੇ ਹਾਂ ਜੇ ਬੁਖਾਰ ਘੱਟ ਗਿਆ ਹਾਂਜੀ ਫਿਰ ਆਪਾਂ ਨਹੀਂ ਕਰਾਵਾਂਗੇ ਜੇ ਬੁਖਾਰ ਵੱਧ ਗਿਆ ਫਿਰ ਆਪਾਂ ਕੋਵਿਡ ਟੈਸਟ ਕਰਾਵਾਂਗੇ ਨੈਕ ਚੁੰਗੀਆਂ ਵਾਲਿਆਂ ਨਾਲ ਤੇ ਇਸੇ ਨਾਲ ਹੀ ਅੱਜ ਦਾ ਆਪਾਂ ਵਲੋਗ ਐਂਡ ਕਰਦੇ ਹਾਂ ਹੋਪ ਕਰਦੇ ਹਾਂ ਜੇ ਤੁਹਾਨੂੰ ਪਸੰਦ ਆਇਆ ਤਾਂ ਸਬਸਕ੍ਰਾਈਬ ਦਾ ਬਟਨ ਦਬਾਈਓ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਤੋਂ ਅੱਗੇ
ਚਲੋ ਜੀ ਬਾਏ ਬਾਏ ਕਰ ਦਿਓ ਆਪਾਂ ਕਮੈਂਟ ਸੈਕਸ਼ਨ 'ਚ ਕਮੈਂਟ ਅਤੇ ਆਪਣੇ ਸਜੈਸ਼ਨ ਜ਼ਰੂਰ ਦਿਆ ਕਰੋ ਕਿ ਬੱਚਿਆਂ ਨੂੰ ਹੌਸਲਾ ਮਿਲੇ ਕਿ ਹੁਣ ਤੁਸੀਂ ਆਪ ਹੀ ਕਰੋ ਮੇਰਾ ਬੰਦਾ ਮਰ ਜਾਣਾ ਜੇ ਤੁਹਾਨੂੰ ਵਧੀਆ ਲੱਗਦੀ ਵੀਡੀਓ ਜ਼ਰੂਰ ਕਮੈਂਟ ਸੈਕਸ਼ਨ 'ਚ ਦੱਸਿਆ ਕਰੋ ਕਿ ਕਿੱਦਾਂ ਲੱਗਦੀ ਵੀਡੀਓ ਤੁਸੀਂ ਦੱਸਦੇ ਹੀ ਨਹੀਂ ਅਜੇ ਤੁਹਾਨੂੰ ਕਿੰਨੀ ਵਾਰ ਕਿਹਾ ਹੋਇਆ ਚਲੋ ਜੀ ਓਕੇ ਬਾਏ ਬਾਏ